प्यारे दोस्तों, प्यार भरी सति श्री अकाल सारे दोस्तों नूं। हुणे हुणे पंजाब सरकार दे मुलाजमां ते रिटायरमेंट होए मुलाजमां बारे ताज़ा जानकारी प्राप्त हुई है दसांगे, ते मुख मंत्री भगवंत मान ने मुलाजमां लई वड्डा फैसला कीता उस बारे भी जानकारी देवांगे। हुण मेरी बेनती है कि मेरे चैनल नूं सबसक्राइब करो जी। सांझे फ्रंट के कन्वीनर सतीश राणा ने कहा, मुख्य मंत्री भगवंत मान हुण मुलाजम मंगा मन्नणगे, जिस विच मुलाजमां दी मुख मंग 2016 तो पे कमीशन दा एरियर, पुरानी पेंशन स्कीम निजम 1972 अनुसार लागू करना, ते महंगाई भत्ते दे एरियर लैण संबंधी, ते मुलाजमां दा कट्टिया पेंडू भत्ता बहाल करवाउण संबंधी, ते पंजाब सरकार दे महकमे विच काम करदे कच्चे मुलाजमां नूं रैगूलर करन संबंधी। मुख्य मंत्री भगवंत मान नाल मीटिंग 15 मई नूं चंडीगढ़ होवेगी। ਪਾਵਰਕੌਮ ਦੀ ਮੈਨੇਜਮੈਂਟ ਦੇ ਵਿਰੁੱਧ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਵੱਲੋਂ 17 ਮਈ ਨੂੰ ਹੈੱਡ ਆਫਿਸ ਪਟਿਆਲੇ ਵਿਖੇ ਧਰਨਾ ਦਿੱਤਾ ਜਾਵੇਗਾ। ਉਹਨਾਂ ਦੇ ਆਗੂ ਧਨਵੰਤ ਸਿੰਘ ਨੇ ਕਿਹਾ, ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.59 ਦਿੱਤਾ ਜਾਵੇ ਅਤੇ ਮੁਲਾਜ਼ਮਾਂ ਦਾ ਕੱਟਿਆ ਪੇਂਡੂ ਭੱਤਾ ਬਹਾਲ ਕੀਤਾ ਜਾਵੇ। ਪਾਵਰਕੌਮ ਦੇ ਰਿਟਾਇਰਮੈਂਟ ਹੋਏ ਮੁਲਾਜ਼ਮ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦਾ ਹੈੱਡ ਆਫਿਸ ਪਟਿਆਲੇ ਦਾ ਮੇਨ ਗੇਟ 'ਤੇ ਪਿੱਟ ਸਿਆਪਾ ਕਰਨਗੇ, ਆਪਣੀਆਂ ਮੰਗਾਂ ਮਨਵਾਉਣ ਦੇ ਲਈ ਭਗਵੰਤ ਮਾਨ ਦੇ ਲਾਰਿਆਂ ਦੀ ਪੋਲ ਖੋਲ੍ਹਣਗੇ। ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਇੰਪਲਾਈਜ਼ ਯੂਨੀਅਨ ਲਹਿਰਾ ਮੁਹੱਬਤ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਮੰਗਲੀ ਨੇ ਪਾਵਰਕੌਮ ਦੀ ਮੈਨੇਜਮੈਂਟ ਮੀਟਿੰਗ ਵਿੱਚ ਕੀਤੇ ਸਮਝੌਤੇ ਲਾਗੂ ਕਰੇ। ਪੰਜਾਬ ਵਿੱਚ ਗਰਮੀ ਵਧਣ ਨਾਲ ਬਿਜਲੀ ਦੀ ਖਪਤ ਆਉਣ ਵਾਲੇ ਦਿਨਾਂ ਵਿੱਚ 9000 ਮੈਗਾਵਾਟ ਤੱਕ ਪਹੁੰਚ ਜਾਵੇਗੀ। ਪੀ ਵੀ ਫੀਲਡ ਦੇ ਵਰਕਸ਼ਾਪ ਦੇ ਠੇਕੇ ਆਧਾਰ 'ਤੇ ਕਰਮਚਾਰੀਆਂ ਨੂੰ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਪਾਵਰਕੌਮ ਦੇ ਟਰਾਂਸਕੋ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ 11 ਮਈ ਤੱਕ ਤਨਖਾਹ ਨਹੀਂ, ਉਹਨਾਂ ਨੇ ਮਾਨਸਾ ਵਿਖੇ ਪਾਵਰਕੌਮ ਦੇ ਦਫ਼ਤਰ ਅੱਗੇ ਧਰਨਾ ਲਾਇਆ। ਧੰਨਵਾਦ।